ਅਟੈਕ ਕਰਤਾ ਸਾਡਾ ਵੀਰ ਇੱਕ ਸ਼ਹੀਦ ਕਰਤਾ ਮਾਰਤਾ ਮੇਰੇ ਨਾਲ ਬੈਠਾ ਗੋਲੀ ਚਲਾਤੀ ਤੇ ਜਦੋਂ ਉਹਦੀ ਮੌਤ ਹੋ ਗਈ ਉਦੋਂ ਬਾਅਦ ਜਦੋਂ ਬੰਦਿਆਂ ਨੇ ਪੱਤਰਕਾਰਾਂ ਨੇ ਇੰਟਰਵਿਊ ਲਈ ਤੇ ਉਹਨਾਂ ਨੇ ਪੁੱਛਿਆ ਵੀ ਕਿਉਂ ਕੀਤਾ ਉਹ ਕਹਿੰਦੇ ਇਹ ਦਸਮ ਗ੍ਰੰਥ ਦੀ ਬਾਣੀ ਦੀ ਵਿਰੋਧ ਕਰਦੇ ਆ ਕਿੱਡਾ ਵੱਡਾ ਝੂਠ ਹੈ ਕਦੇ ਇੱਕ ਬਿਆਨ ਨਹੀਂ ਮੈਂ ਦਿੱਤਾ ਤੇ ਹੁਣ ਇਹ ਦੁਬਾਰਾ ਫੇਰ ਸ਼ਬੀਲਾਂ ਲਾਣ ਨੂੰ ਫਿਰਦੇ ਆ ਸੁਣ ਲਿਆ ਅੱਜ ਕਲਿੱਪ ਆਇਆ ਸੀ ਇੱਕ ਨਵਾਂ ਨੈੱਟ ਤੇ ਪਿਆ ਉਸ ਕਲਿੱਪ ਦੇ ਵਿੱਚ ਇਹ ਕਹਿੰਦੇ ਆ ਕਿ ਦੁਬਾਰਾ ਸ਼ਬੀਲਾਂ ਲਾਵਾਂਗੇ ਐਦਾਂ ਹੀ ਕਰਾਂਗੇ ਮੁੜ ਕੇ ਨਾ ਸਾਨੂੰ ਕਿਉਂ ਕਹਿੰਦੇ ਹੁਣ ਕੀ ਹੋ ਗਿਆ ਕਹਿੰਦੇ ਇਹ ਸਰੋਵਰ ਦਾ ਸਰੋਵਰਾਂ ਦੀ ਨਿੰਦਿਆ ਕਰਦੇ ਆ ਆਖੋ ਸਤਨਾਮ ਮੇਰੀ ਵਾਹ ਹੁਣ ਦੱਸੋ ਵੀ ਇਹ ਸਰੋਵਰ ਦੀ ਨਿੰਦਿਆ ਇਹ ਸਰੋਵਰਾਂ ਤੇ ਅਟੈਕ ਕਰਦੇ ਆ ਕਹਿੰਦੇ ਇਹ ਸਰੋਵਰਾਂ ਤੇ ਅਟੈਕ ਕਰਤਾ ਕਿਹੜਾ ਅਟੈਕ ਹੋ ਗਿਆ ਦੱਸੋ ਅਬਦਾਲੀ ਨੇ ਕੀਤਾ ਸੀ ਅਟੈਕ ਪਰ ਇਹ ਬਹਾਨਾ ਬਣਾਉਂਦੇ ਤੇ ਸ਼ਰਮ ਇਹਨਾਂ ਨੂੰ ਇਹ ਨਹੀਂ ਆਉਂਦੀ ਵੀ ਸ਼ਰਮ ਕਰੋ ਜਦੋਂ ਤੁਸੀਂ ਐ ਕਹਿੰਦੇ ਹੋ ਫੇਰ ਕਹੋਗੇ ਸ਼ਬੀਲਾਂ ਲੱਗਣਗੀਆਂ ਫੇਰ ਸ਼ਬੀਲਾਂ ਉਹ ਸ਼ਬੀਲ ਨੂੰ ਬਦਨਾਮ ਕਰਤਾ ਤੁਸੀਂ ਐਡਾ ਵੱਡਾ ਕਨਸੈਪਟ ਗੁਰੂ ਘਰ ਦਾ ਐਡਾ ਵਧੀਆ ਰੀਤ ਹੈ ਜਿਹੜੀ ਗੁਰੂ ਘਰ ਦੀ ਵੀ ਲੰਗਰ ਖਾਲਸਾ ਲਾਉਂਦਾ ਹੈ ਸ਼ਬੀਲਾਂ ਖਾਲਸਾ ਲਾਉਂਦਾ ਹੈ ਸ਼ਰਮ ਨਹੀਂ ਮੰਨਦੇ ਤੁਸੀਂ ਇਹ ਤੇ ਕੀ ਕਹਿਣਾ ਹੈ ਵੀ ਚਲੋ ਸ਼ਬੀਲ ਲੱਗ ਗਈ ਸੀ ਸਾਥੋਂ ਗਲਤੀ ਹੋ ਗਈ ਭਾਈ ਅਸੀਂ ਸ਼ਬੀਲ ਬਦਨਾਮ ਕਰਤੀ ਸਾਥੋਂ ਗਲਤੀ ਹੋ ਗਈ ਇਹ ਤੇ ਕੀ ਕਹਿਣਾ ਹੈ ਅੱਜ ਵੀ ਕਹਿੰਦੇ ਨੇ ਫੇਰ ਕਹੋਗੇ ਸ਼ਬੀਲਾਂ ਲਾਤੀਆਂ ਇਹ ਜ਼ਿੰਮੇਵਾਰ ਬਿਆਨ ਹੈ ਕੋਈ ਇਦਾਂ ਦਾ ਬਿਆਨ ਕੋਈ ਜ਼ਿੰਮੇਵਾਰ ਬੰਦਾ ਦਿੰਦਾ ਵੀ ਅਸੀਂ ਸ਼ਬੀਲਾਂ ਮੁੜ ਕੇ ਇਹ ਹੁਣ ਦਾ ਬਿਆਨ ਹੈ ਇਹਨਾਂ ਦਾ ਤਾਜ਼ਾ ਤਾਜ਼ਾ ਅਜੇ ਆ ਦੋ ਚਾਰ ਦਿਨਾਂ ਦੇ ਵਿੱਚ ਹੀ ਕਿਤੇ ਬੋਲਿਆ ਹੋਣਾ ਵੀ ਫੇਰ ਕਹੋਗੇ ਸ਼ਬੀਲਾਂ ਲਾਤੀਆਂ ਫੇਰ ਕਹੋਗੇ ਐ ਕਰਤਾ ਫੇਰ ਚੀਕਾਂ ਮਾਰੋਗੇ ਲੈ ਦੱਸੋ ਇਸ ਕਰਕੇ ਭਾਈ ਚਾਹੀਦਾ ਹੈ ਵੀ ਐਦਾਂ ਕੋਈ ਬੰਦਾ ਸ਼ਰੇਆਮ ਕਿਸੇ ਨੂੰ ਧਮਕੀਆਂ ਦੇਵੇ ਸ਼ਬੀਲਾਂ ਲਾਣ ਦੀਆਂ ਗੱਲਾਂ ਕਰੇ ਸਰਕਾਰ ਕਿੱਥੇ ਹੈ ਇੱਥੇ ਸਿਸਟਮ ਕਿੱਥੇ ਹੈ ਸ਼ਰੇਆਮ ਕਿਸੇ ਨੂੰ ਮਾਰ ਕੇ ਤੇ ਦੁਬਾਰਾ ਫੇਰ ਧਮਕੀਆਂ ਦੇਵੇ ਤੇ ਇਹ ਇਹ ਸਿਸਟਮ ਕਿੱਥੇ ਹੈ ਸਰਕਾਰ ਕਿੱਥੇ ਹੈ ਕਾਨੂੰਨ ਕਿੱਥੇ ਹੈ ਕੀ ਇਹਨਾਂ ਬੰਦਿਆਂ ਦੇ ਹੱਥ 'ਚ ਹੈ ਕਾਨੂੰਨ ਡਰ ਕਿਉਂ ਨਹੀਂ ਇਹਨਾਂ ਦੇ ਹੱਡਾਂ 'ਚ ਸਰ ਅਕਾਲ ਤਖਤ ਕਿੱਥੇ ਹੈ ਜਿਹੜਾ ਕਿਉਂ ਨਹੀਂ ਇਹਨਾਂ ਨੂੰ ਕਹਿੰਦਾ ਵੀ ਯਾਰ ਸ਼ਬੀਲ ਦਾ ਨਾਂ ਨਾ ਲਓ ਸਿੱਧਾ ਜਾ ਕੇ ਗੋਲੀ ਚਲਾ ਕੇ ਮਾਰ ਦਿਓ ਜਿਹੜੇ ਬੰਦੇ ਨੂੰ ਮਾਰਨਾ ਹੈ ਪਰ ਸ਼ਬੀਲਾਂ ਨੂੰ ਤੁਸੀਂ ਕਿਉਂ ਸਿੱਖ ਸਿਧਾਂਤਾਂ ਨੂੰ ਬਦਨਾਮ ਕਿਉਂ ਕਰ ਰਹੇ ਹੋ ਜਥੇਦਾਰਾਂ ਦੇ ਮੂੰਹ 'ਚ ਕਿਉਂ ਘੁੰਗਣੀਆਂ ਪਈਆਂ ਹੋਈਆਂ ਨੇ ਉਹ ਕਿਉਂ ਨਹੀਂ ਕਹਿੰਦੇ ਵੀ ਸ਼ਬੀਲ ਨੂੰ ਬਦਨਾਮ ਨਹੀਂ ਕਰਨਾ ਲੰਗਰ ਨੂੰ ਬਦਨਾਮ ਨਹੀਂ ਕਰਨਾ ਲੰਗਰ ਤੁਹਾਡੇ ਪਿਓ ਦਾ ਨਹੀਂ ਸ਼ਬੀਲ ਤੁਹਾਡੇ ਪਿਓ ਦੀ ਨਹੀਂ ਤੁਸੀਂ ਸ਼ਬੀਲ ਸਿੱਖ ਧਰਮ ਦੀ ਇਹ ਰੀਤ ਹੈ ਬੜੀ ਸੋਹਣੀ ਤੁਸੀਂ ਇਹਨੂੰ ਬਦਨਾਮ ਨਹੀਂ ਕਰ ਸਕਦੇ ਪਰ ਥਾਪੜੇ ਇਹਨਾਂ ਨੂੰ ਵੱਡੇ ਮਿਲੇ ਹੋਏ ਨੇ ਥਾਪੜੇ ਨੇ ਥਾਪੜੇ ਇਹ ਤਾਂ ਬੋਲਦੇ ਨੇ ਨਹੀਂ ਤੇ ਜ਼ਰੂਰਤ ਨਹੀਂ ਪੈ ਸਕਦੀ ਕਿਸੇ ਦੀ ਐਡਾ ਵੱਡਾ ਝੂਠ ਬਣਾਉਣਾ ਵੀ ਸਰੋਵਰਾਂ ਤੇ ਅਟੈਕ ਕਰਤਾ ਐਡੀ ਜ਼ਰੂਰਤ ਨਹੀਂ ਪੈ ਸਕਦੀ ਇਹ ਬਣਾਇਆ ਜਾ ਰਿਹਾ ਜਾਣ ਬੁੱਝ ਕੇ ਬ੍ਰੇਨ ਵਾਸ਼ ਕੀਤਾ ਜਾ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਕਿ ਵੀ ਮੈਂ ਸਰੋਵਰਾਂ ਦਾ ਨਿੰਦਕ ਹਾਂ ਮੈਂ ਵਿਰੋਧ ਕਰ ਰਿਹਾ ਸਰੋਵਰਾਂ ਦਾ ਇਹ ਕਹਿ ਰਹੇ ਨੇ ਵੀ ਮੈਂ ਇਹ ਕਹਿੰਦਾ ਵੀ ਸਰੋਵਰ ਕਿਉਂ ਬਣਾਏ ਨੇ ਦਰਬਾਰ ਸਾਹਿਬ ਢਾ ਦਿਓ ਸਰੋਵਰ ਢਾ ਦਿਓ ਮੈਂ ਕਿਹੜੇ ਵੇਲੇ ਕਿਹਾ ਅਸੀਂ ਤੇ ਮੱਥਾ ਟੇਕਦੇ ਹਾਂ ਉੱਥੇ ਜਾ ਕੇ ਸਾਰੀ ਦੁਨੀਆ ਮੱਥਾ ਟੇਕਦੀ ਹੈ ਪਰ ਇਹ ਜਾਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਵੀ ਕੱਲ ਨੂੰ ਸ਼ਬੀਲ ਲਾ ਦਾਂਗੇ ਮੁੜ ਕੇ ਕਹਿ ਦਾਂਗੇ ਵੀ ਇਹ ਸਰੋਵਰਾਂ ਦੇ ਨਿੰਦਕ ਸੀ ਤਾਂ ਮਾਰਤੇ ਅਸੀਂ ਤਾਂ ਗੋਲੀ ਚਲਾਈ ਹੈ ਸਰੋਵਰਾਂ ਦੀ ਨਿੰਦਿਆ ਕਰਦੇ ਸੀ ਪਰ ਮੇਰਾ ਕੋਈ ਇੱਕ ਵੀ ਬਿਆਨ ਵਿਖਾਓ ਜਿੱਥੇ ਮੈਂ ਇਹ ਕਿਹਾ ਹੋਵੇ ਜਿੱਥੇ ਕਿਤੇ ਮੈਂ ਵੀ ਸਰੋਵਰਾਂ ਵਿੱਚ ਨਹਾਉਣਾ ਗਲਤ ਹੈ ਜਾਂ ਮੈਂ ਕਿਤੇ ਇਹ ਕਿਹਾ ਹੋਵੇ ਵੀ ਇਸ਼ਨਾਨ ਨਾ ਕਰਿਆ ਕਰੋ ਜਾਂ ਮੈਂ ਕਿਤੇ ਇਹ ਕਿਹਾ ਹੋਵੇ ਸਰੋਵਰਾਂ ਦਾ ਫਾਇਦਾ ਕੋਈ ਨਹੀਂ ਜਾਂ ਮੈਂ ਕਿਤੇ ਇਹ ਕਿਹਾ ਹੋਵੇ ਦਰਬਾਰ ਸਾਹਿਬ ਦਾ ਕੋਈ ਫਾਇਦਾ ਨਹੀਂ ਉੱਥੇ ਜਾਇਆ ਨਾ ਕਰੋ ਇਹ ਮੈਂ ਕਿਹੜੇ ਵੇਲੇ ਕਿਹਾ ਪਰ ਇਹ ਲੋਕਾਂ ਦੇ ਦਿਮਾਗ 'ਚ ਅੱਜ ਪਹਿਲਾਂ ਭਰ ਰਹੇ ਆ ਵੀ ਬਾਅਦ ਵਿੱਚ ਜੇ ਕੁਛ ਹੋ ਗਿਆ ਅਸੀਂ ਐਂ ਕਹਿ ਦਾਂਗੇ ਵੀ ਸਰੋਵਰਾਂ ਦੇ ਨਿੰਦਕਾਂ ਨੂੰ ਮਾਰਤਾ ਸਰੋਵਰਾਂ ਦੇ ਨਿੰਦਕਾਂ ਨੂੰ ਖਤਮ ਕਰਤਾ ਇਹ ਅਟੈਕ ਕਰਨ ਵਾਸਤੇ ਉਹਨੂੰ ਪਹਿਲਾਂ ਸੈੱਟ ਕਰਦੇ ਨੇ ਸਾਰਾ ਸਿਸਟਮ ਇਹਨਾਂ ਨੇ ਪਹਿਲਾਂ ਵੀ ਇਦਾਂ ਹੀ ਕੀਤਾ ਸੀ ਪਹਿਲਾਂ ਵੀ ਇਹਨਾਂ ਨੇ ਪਲਾਨ ਕੀਤਾ ਸੀ ਪੂਰਾ ਪਹਿਲਾਂ ਹੀ ਲੱਗੇ ਸੀ ਕਹਿਣ ਇਹ ਟਕਸਾਲ ਦੇ ਵਿਰੋਧੀ ਨੇ ਮੁੜ ਕੇ ਅਟੈਕ ਕਰਤਾ ਲੋਕਾਂ ਨੇ ਪੁੱਛਿਆ ਕਿਉਂ ਕਰਤਾ ਕਹਿੰਦੇ ਦਸਮ ਗ੍ਰੰਥ ਦੇ ਵਿਰੋਧੀ ਨੇ ਲੈ ਇੱਕ ਵੀ ਕਿਤੇ ਬਿਆਨ ਨਹੀਂ ਮੇਰਾ ਇਦਾਂ ਦਾ ਸੋ ਇਸ ਕਰਕੇ ਇਹੋ ਜਿਹੜੇ ਵਿਗੜੇ ਅਨਸਰ ਨੇ ਸਰਕਾਰ ਨੂੰ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਚਲੋ ਕਹਿ ਹੀ ਰਿਹਾ ਮੈਨੂੰ ਪਤਾ ਇਹਨਾਂ ਨੇ ਸੁਣਨੀ ਸਾਡੀ ਹੈ ਨਹੀਂ ਖਰੇ ਬੰਦੇ ਦੀ ਨਹੀਂ ਇਹਨਾਂ ਨੇ ਜਦੋਂ ਸਖਤੀ ਨਾਲ ਜਦੋਂ ਕੋਈ ਬੰਦਾ ਗੱਲ ਕਰਦਾ ਨਾ ਇਹ ਚਾਪਲੂਸਾਂ ਦੀ ਸੁਣਦੇ ਨੇ
ਇੱਥੇ ਚਾਪਲੂਸਾਂ ਦਾ ਜ਼ਮਾਨਾ ਹੈ ਜਿਹੜਾ ਇਹਨਾਂ ਨੂੰ ਜੀ ਜੀ ਕਰਦਾ ਹੱਥ ਜੋੜਦਾ ਫਿਰਦਾ ਹੈ ਪਰ ਸਾਥੋਂ ਚਾਪਲੂਸੀਆਂ ਨਾ ਹੋਈਆਂ ਨੇ ਨਾ ਹੋਣੀਆਂ ਨੇ ਨਾ ਤੁਹਾਡੀ ਲੱਤ ਥੱਲੋਂ ਲੰਘੇ ਆ ਤੇ ਨਾ ਲੰਘਣਾ ਹੈ ਕੱਲ ਮਰਦੇ ਆ ਕੱਲ ਮਰਦੇ ਅੱਜ ਮਰ ਜਾਈਏ ਅਸੀਂ ਤੁਹਾਡੀਆਂ ਚਾਪਲੂਸੀਆਂ ਨਹੀਂ ਕਰ ਸਕਦੇ ਤੁਹਾਨੂੰ ਜੀ ਜੀ ਨਹੀਂ ਕਰ ਸਕਦੇ ਸਿੱਧੀ ਤੇ ਡਾਇਰੈਕਟ ਗੱਲ ਕਹਿਣਾ ਵੀ ਸੱਚ ਨੂੰ ਸੱਚ ਕਹੋ ਗਲਤ ਨੂੰ ਗਲਤ ਕਹੋ ਸੱਚ ਨੂੰ ਸੱਚ ਕਹੋ ਗਲਤ ਨੂੰ ਗਲਤ ਕਹੋ ਬਸ ਕੰਮ ਹੈ ਜਿਹੜਾ ਜਿਹੜਾ ਕੰਮ ਹੁੰਦਾ ਹੈ ਉਹ ਵੇਖੋ ਸਰਕਾਰਾਂ ਦਾ ਕੰਮ ਕੀ ਹੈ ਐਦਾਂ ਸ਼ਰਿਆਂ ਤੇ ਅਕਾਲ ਤਖਤ ਦਾ ਕੰਮ ਕੀ ਹੈ ਅਕਾਲ ਤਖਤ ਨੂੰ ਜਥੇਦਾਰ ਬੋਲੇ ਨਹੀਂ ਜਥੇਦਾਰਾਂ ਨੂੰ ਪਤਾ ਹੈ ਵੀ ਬੰਦੇ ਸ਼ਬੀਲਾਂ ਨੂੰ ਸ਼ਰਿਆਂ ਰੌਲਾ ਪਾ ਕੇ ਬਦਨਾਮ ਕਰਦੇ ਨੇ ਪਰ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ ਕਿਉਂ ਸਾਰੇ ਇਕੱਠੇ ਹੀ ਨੇ ਸਾਰੇ ਇਕੱਠੇ ਹੋਏ ਹੋਏ ਨੇ ਹੁਣ ਇਸ ਵੇਲੇ ਇਹ ਸਾਰੇ ਬਾਬੇ ਵਿਗੜੇ ਲੀਡਰ ਵਿਗੜੇ ਬਾਬੇ ਤੇ ਸਾਰੀਆਂ ਇਹ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਮੇਰੇ ਵਿਰੁੱਧ ਇਹਨਾਂ ਨੂੰ ਹੁਣ ਤਿਆਰੀ ਕਰ ਰਹੇ ਨੇ ਵੀ ਫਤਵਾ ਜਾਰੀ ਕਰ ਦਈਏ ਐ ਕਰ ਦਈਏ ਆ ਕਰ ਦਈਏ ਚਲੋ ਬਾਕੀ ਇਹਨਾਂ ਦੀ ਮਰਜ਼ੀ ਹੈ ਸਤਿਗੁਰੂ ਸਾਡੇ ਅੰਗ ਸੰਗ ਰਹਿਣ ਆ ਹੌਸਲਾ ਗੁਰੂ ਦਾ ਦਿੱਤਾ ਬਹੁਤ ਵੱਡਾ ਤੂੰ ਕਾਹੇ ਡੁੱਲ ਹੈ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਉਹਨੇ ਰੱਖਣਾ ਹੈ ਜਿੰਨਾ ਚਿਰ ਉਹਨੇ ਲਿਖਿਆ ਹੈ ਉਹਨਾਂ ਚਿਰ ਤੇ ਰਵਾਂਗੇ ਜਦੋਂ ਉਹਦਾ ਸੱਦਾ ਆ ਗਿਆ ਫਿਰ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਫਿਰ ਸਾਰਿਆਂ ਨੂੰ ਜਾਣਾ ਹੀ ਪੈਂਦਾ ਫਿਰ ਆਪਾਂ ਸਾਰਿਆਂ ਨੇ ਤੁਰਨਾ ਹੀ ਹੈ ਇਸ ਕਰਕੇ ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੋ ਆਪ ਭਾਈ ਆਪ ਪੜਿਆ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਆਪ ਪੜੋਗੇ ਨਾ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਮੈਂ ਕਿੰਨੀ ਗੱਲਾਂ ਗਲਤ ਕਹੀਆਂ ਨੇ ਕਿੰਨੀਆਂ ਠੀਕ ਆਪ ਪੜੋ ਜਦੋਂ ਤੁਸੀਂ ਆਪ ਪੜੋਗੇ ਫਿਰ ਮੇਰੀਆਂ ਸਾਰੀਆਂ ਗੱਲਾਂ ਦਾ ਪਤਾ ਲੱਗੇਗਾ ਕਿਹੜਾ ਬੰਦਾ ਗਲਤ ਕਹਿੰਦਾ ਕਿਹੜਾ ਠੀਕ ਕਹਿੰਦਾ ਤੁਸੀਂ ਆਪ ਪੜਿਆ ਕਰੋ ਵੀ ਸਹੀ ਕੀ ਹੈ ਤੇ ਗਲਤ ਕੀ ਹੈ ਜੱਜ ਬਣੋ ਭਾਈ ਜੱਜ ਬਣੋ ਤੁਸੀਂ ਮੈਂ ਬੇਨਤੀ ਕਰਦਾ ਸਟੇਜ ਤੇ ਕੋਈ ਪ੍ਰਚਾਰਕ ਬੋਲੇ ਅੱਗੇ ਬੈਠੋ ਜੱਜ ਬਣ ਕੇ ਬੈਠੋ ਜੱਜ ਜੱਜ ਕਰਿਆ ਕਰੋ ਵੀ ਮੈਂ ਕਹਿੰਦਾ ਕੀ ਖੋਜ ਕਰਿਆ ਕਰੋ ਆਪ ਆਪ ਪੜਿਆ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਆਪ ਸਹਿਜ ਪਾਠ ਕਰੋ ਘਰ ਘਰ ਵਿੱਚ ਗੂੰਜਾਂ ਪਾਓ ਪਤਾ ਲੱਗੇ ਸਾਰਾ ਕੁਝ ਲੁੱਟ ਕੇ ਖਾ ਲਿਆ ਇਹਨਾਂ ਲੋਕਾਂ ਨੇ ਬੁੱਧੂ ਬਣਾ ਕੇ ਰੱਖਤਾ ਸਮਝਾਇਆ ਨਹੀਂ ਕੁਝ ਸਹੀ ਢੰਗ ਨਾਲ ਤੇ ਜਿਹੜਾ ਬੰਦਾ ਸਮਝਣ ਸਮਝਾਉਣ ਦੀ ਗੱਲ ਕਰਦਾ ਉਹਦੇ ਗਲ ਪੈਂਦੇ ਆ ਪਰ ਚੇਤਾ ਰੱਖਿਓ ਅਸੀਂ ਤੁਰਨਾ ਹੈ ਅਸੀਂ ਪਿੰਗਲੇ ਨਹੀਂ ਆ ਅਸੀਂ ਪਿੰਗਲੇ ਨਹੀਂ ਆ ਅਸੀਂ ਤੁਰਨਾ ਹੈ ਅਸੀਂ ਭੱਜਣਾ ਹੈ ਅਸੀਂ ਅੰਨੇ ਨਹੀਂ ਆ ਅਸੀਂ ਵੇਖਣਾ ਹੈ ਅਸੀਂ ਬੋਲੇ ਨਹੀਂ ਆ ਅਸੀਂ ਸੁਣਨਾ ਹੈ ਅਸੀਂ ਡੈੱਡ ਨਹੀਂ ਬ੍ਰੇਨ ਹੈਮਰੇਜ ਨਹੀਂ ਹੋਇਆ ਸਾਨੂੰ ਅਸੀਂ ਕੋਮਾ 'ਚ ਗਏ ਹੋਏ ਲੋਕ ਨਹੀਂ ਲਾਸ਼ਾਂ ਨਹੀਂ ਜਿਹੜੇ ਮਗਰ ਮਗਰ ਤੁਰਾਂਗੇ ਅਸੀਂ ਲਾਸ਼ ਨਹੀਂ ਜਿੱਧਰ ਮਰਜ਼ੀ ਚੁੱਕ ਕੇ ਲੈ ਜਾਓਗੇ ਤੁਸੀਂ ਅਸੀਂ ਸੋਚਣ ਵਾਲੇ ਲੋਕ ਆ ਸਾਡਾ ਦਿਮਾਗ ਵੀ ਕੰਮ ਕਰਦਾ ਹੈ ਸਾਨੂੰ ਦਿਸਦਾ ਵੀ ਹੈ ਸਾਨੂੰ ਸੁਣਦਾ ਵੀ ਹੈ ਅਸੀਂ ਤੁਰ ਵੀ ਸਕਦੇ ਹਾਂ ਕਿਉਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਾਇਮ ਕੀਤਾ ਹੋਇਆ ਹੈ ਅਕਲ ਦਿੱਤੀ ਹੈ ਇਹਨਾਂ ਨੇ ਸਾਨੂੰ ਅਕਲ ਦਿੱਤੀ ਹੈ ਇਸ ਕਰਕੇ ਅਸੀਂ ਬੋਲੇ ਨਹੀਂ ਤੇ ਗੁਰੂ ਜੀ ਸਾਨੂੰ ਚਲਾਉਣਗੇ ਤੇ ਜ਼ਰੂਰ ਚੱਲਾਂਗੇ ਭਾਈ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਗੁਰੂ ਦੀ ਚਾਲੇ ਚੱਲ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ